कितने पे है? फोन किया भी वो क्या करता है? नारे लाओ, मोदी सरकार हेलो। हाँ जी, सर अभी वो कवरेज कर रहा है, कर नहीं पाएगा। फोन एक बार आप ही, ठीक है? अच्छा, लाइव कर किसी और तरफ की 10 सेकंड कर लिए, इसको पॉज कर दिया, फिर कहीं और के कर दिया, ऊपर टाइमिंग चल रही है, ठीक है ना? 10-12 सेकंड का कम से कम।
ਪਿਛਲੇ ਘਟਨਾਵਾਂ ਹੋਈਆਂ ਨੇ ਸਾਡੀ ਦਲਿਤ ਬੱਚੀ ਦੇ ਨਾਲ ਜੋ ਹੋਇਆ ਬੜੇ ਦੁੱਖ ਦੇ ਨਾਲ ਕਹਿਣਾ ਪੈਂਦਾ ਹੈ। ਇਹਨਾਂ ਨੇ ਕੋਈ ਸੁਣਵਾਈ ਨਹੀਂ ਉਨੀ ਦੇਰ ਕੀਤੀ ਜਿੰਨੀ ਦੇਰ ਤੱਕ ਦੇਸ਼ ਦੇ ਵਿੱਚ ਮੀਡੀਆ ਰਾਹੀਂ ਪ੍ਰਚਾਰ ਨਹੀਂ ਹੋਇਆ। ਬੜੇ ਸ਼ਰਮ ਦੇ ਨਾਲ ਕਹਿਣਾ ਪੈਂਦਾ ਹੈ। ਇਹਨਾਂ ਨੇ ਪਹਿਲੇ ਤੋਂ ਹੀ ਕਿਉਂ ਉਸ ਪਰਿਵਾਰ ਦੀ ਮਦਦ ਕਿਉਂ ਨਹੀਂ ਕੀਤੀ, ਆਰੋਪੀਆਂ ਨੂੰ ਬਚਾਉਣ ਵਾਸਤੇ ਇਹਨਾਂ ਨੇ ਮਦਦ ਨਹੀਂ ਕੀਤੀ। ਉੱਥੇ ਜਦੋਂ ਮੀਡੀਆ ਦੇ ਸਾਡੇ ਮੈਂਬਰ ਅੰਦਰ ਤੱਕ ਪਹੁੰਚੇ, ਉਹਨਾਂ ਨੇ ਜਾ ਕੇ ਜਿਹੜਾ ਸ਼ੋਰ ਮਚਾਇਆ, ਉਦੋਂ ਇਹਨਾਂ ਨੇ ਕੋਸ਼ਿਸ਼ ਕੀਤੀ ਆਰੋਪੀਆਂ ਨੂੰ ਜਿਹੜਾ ਇਹਨਾਂ ਨੇ ਉਹਨਾਂ ਤੇ ਜਿਹੜੇ ਇਹਨਾਂ ਨੇ ਕਾਰਵਾਈ ਕਰਨ ਦੀ, ਪਹਿਲੇ ਕਿਉਂ ਨਹੀਂ ਇਹਨਾਂ ਨੇ ਕੀਤੀ। ਇੱਕ ਤਾਂ ਬੱਚੀਆਂ ਦੇ ਨਾਲ ਇਸ ਤਰ੍ਹਾਂ ਦੀ ਜਿਹੜੀ ਇੱਕ ਬੜੀ ਦੁਖਦਾਇਕ ਸ਼ਰਮਨਾਕ ਘਟਨਾ ਹੁੰਦੀ ਹੈ, ਉਸ ਤੋਂ ਬਾਅਦ ਇਹ ਉਹਨਾਂ ਆਰੋਪੀਆਂ ਦਾ ਸਾਥ ਦਿੰਦੇ ਨੇ, ਬਲਕਿ ਉਹਨਾਂ ਦੇ ਪਰਿਵਾਰ ਨਾਲ ਸਿਮਤੀ ਕਰਨ ਵਾਸਤੇ ਬੱਚੀ ਦੇ ਨਾਲ ਸਿਮਤੀ ਕਰਨ ਦੇ ਬਜਾਏ ਇਹ ਆਰੋਪੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ। ਬੜੀ ਇੱਕ ਸ਼ਰਮਨਾਕ ਗੱਲ ਹੈ। ਜਿੰਨੀ ਵੀ ਅਸੀਂ ਇਹਦੀ ਬੁਰਾਈ ਕਰੀਏ, ਜਿੰਨੀ ਵੀ ਨਿੰਦਾ ਕਰੀਏ, ਉਨੀ ਥੋੜ੍ਹੀ ਹੈ। ਅਸੀਂ ਇਸ ਗੂੰਗੀ ਬੋਲੀ ਸਰਕਾਰ ਨੂੰ ਜਗਾਉਣਾ ਚਾਹੁੰਦੇ ਹਾਂ ਕਿ ਔਰਤ ਨੂੰ ਲਕਸ਼ਮੀ ਦੇ ਰੂਪ 'ਚ ਦੇਖੋ, ਉਹਦਾ ਮਾਣ ਅਤੇ ਸਤਿਕਾਰ ਕਰਨਾ ਸਿੱਖੋ। ਦੂਜੇ ਪਾਸੇ ਜੇ ਅਸੀਂ ਦੇਖੀਏ, ਮਹਿੰਗਾਈ ਦੀ ਮਾਰ ਕਰਕੇ ਰੱਖ ਦਿੱਤੀ ਹੈ, ਦੇਸ਼ ਦਾ ਸੱਤਿਆਨਾਸ਼ ਕਰਨ ਦੇ ਵਿੱਚ ਤੁਲੇ ਨੇ। ਇਹ ਕਿੱਥੋਂ ਦੇ ਨੇ? ਇਹ ਸਰਕਾਰ ਕਿਸ ਤਰ੍ਹਾਂ ਦੀ ਹੈ ਜਿਹੜੀ ਕਿ ਬਿਨਾਂ ਆਪਣੀ ਮਰਜ਼ੀ ਦੇ ਨਾਲ ਫੈਸਲੇ ਸੁਣਾ ਦਿੰਦੀ ਹੈ? ਅਸੀਂ ਇਹ ਚਾਹੁੰਦੇ ਹਾਂ ਕਿ ਜੇ ਸਰਕਾਰ ਬਣੀ ਹੈ, ਜਿਨ੍ਹਾਂ ਨੇ ਸਰਕਾਰ ਬਣਾਈ ਹੈ, ਉਹਨਾਂ ਦੇ ਹੱਕਾਂ ਦੀ ਵੀ ਰਾਖੀ ਕਰਨ, ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ, ਦੁੱਖ ਤਕਲੀਫਾਂ, ਉਹਨਾਂ ਨੂੰ ਵੀ ਇਹ ਦੇਖਣ, ਇਹ ਸੁੱਤੇ ਨਾ ਰਹਿਣ। ਇਹ ਸਾਨੂੰ ਇਹਨਾਂ ਦੀ ਹੱਦ ਤੱਕ ਇਹ ਸਮਝ ਨਹੀਂ ਲੱਗੀ ਕਿ ਦਿਨੋਂ ਦਿਨ ਵੱਧ ਤੋਂ ਵੱਧ ਜਿਹੜੇ ਹੈ ਘਿਨੌਣੇ, ਹਰ ਮੋੜ ਦੇ ਉੱਤੇ ਸਰਕਾਰ ਜਿਹੜੀ ਹੈ ਫੇਲ ਹੁੰਦੀ ਨਜ਼ਰ ਆ ਰਹੀ ਹੈ। ਅਸੀਂ ਮਹਿਲਾ ਕਾਂਗਰਸ ਅੱਜ ਸਾਰੇ ਜ਼ਿਲ੍ਹਿਆਂ ਦੇ ਵਿੱਚ ਪ੍ਰਦਰਸ਼ਨ ਕਰ ਰਹੀ ਹੈ, ਇਹਨਾਂ ਨੂੰ ਸੁੱਤੀ ਨੀਂਦ ਤੋਂ ਉਠਾਉਣਾ ਚਾਹੁੰਦੀ ਹੈ ਕਿ ਔਰਤਾਂ ਦਾ ਸਤਿਕਾਰ ਕਰਨਾ ਜਿਹੜਾ ਹੈ ਉਹਨੂੰ ਸਿੱਖਣ। ਮੋਦੀ ਸਾਹਿਬ ਮਨ ਦੀ ਆਵਾਜ਼ ਕਰਦੇ ਆ ਜੀ, ਉਹ ਵੀ ਕਰਦੇ ਆ। ਮੋਦੀ ਸਾਹਿਬ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ, ਮਨ ਦੀ ਆਵਾਜ਼ ਬਹੁਤ ਹੋ ਗਈ ਹੈ, ਪ੍ਰੈਕਟੀਕਲ ਕੰਮ ਕਰੋ, ਆਪਣੇ ਸ਼ੋਸ਼ੇ ਨਾ ਛੱਡੋ, ਕਿਧਰੇ ਮੋਰ ਦਿਖਾ ਰਹੇ ਹੋ ਨੱਚਦੇ, ਕਿਧਰੇ ਮਨ ਦੀਆਂ ਬਾਤਾਂ ਕਰ ਰਹੇ ਹੋ, ਦੇਸ਼ ਦੀ ਬਾਤ ਕਰੋ, ਦੇਸ਼ ਦੀ ਬਾਤ ਸੁਣੋ, ਦੇਸ਼ ਦੀ ਤਕਲੀਫਾਂ ਸੁਣੋ, ਲੋਕਾਂ ਦੀਆਂ ਤਕਲੀਫਾਂ ਸੁਣੋ ਆ ਕੇ। ਇਹ ਨਹੀਂ ਕਿਸਾਨਾਂ ਦੇ ਦੇਖੋ ਕਿਸ ਤਰ੍ਹਾਂ ਜੋ ਸਾਡੇ ਭੈਣ ਭਰਾਵਾਂ ਦਾ, ਕਿਸਾਨਾਂ ਦਾ ਬੁਰਾ ਹਾਲ ਹੋ ਰਿਹਾ। ਇੱਕ ਕਰੋਨਾ ਮਹਾਮਾਰੀ ਕਰਕੇ ਹੋ ਰਿਹਾ ਕਿ ਇਹਨਾਂ ਨੇ ਕਰਕੇ ਰੱਖਿਆ, ਜਿਹੜੇ ਇਹਨਾਂ ਨੇ ਕਾਨੂੰਨ, ਕਾਲੇ ਕਾਨੂੰਨ ਪਾਸ ਕੀਤੇ ਹੈ, ਬਿਲਕੁਲ ਇਹ ਧਿਆਨ ਨਹੀਂ ਦੇ ਰਹੇ। ਇਹ ਬਰਬਾਦੀ ਵੱਲ ਤੋਰ ਰਹੇ ਨੇ ਸਾਡੇ ਦੇਸ਼ ਨੂੰ, ਸਾਡੇ ਪੰਜਾਬ ਦੀ ਖੁਸ਼ਹਾਲੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਅਸੀਂ ਨਹੀਂ ਹੋਣ ਦੇਵਾਂਗੇ। ਇਹ ਅਸੀਂ ਇਹਨਾਂ ਨੂੰ, ਮੋਦੀ ਜੀ ਨੂੰ ਇਹ ਚੈੱਕ ਦਿਖਾਉਣਾ ਚਾਹੁੰਦੇ ਹਾਂ ਕਿ ਤੁਸੀਂ ਸੁੱਤੀ ਨੀਂਦ ਤੋਂ ਜਾਗ ਜਾਓ, ਜਾਗ ਜਾਓ ਸੁੱਤੀ ਨੀਂਦ ਤੋਂ ਆਪਣਾ। ਇਹ ਗੂੰਗੀ ਬੋਲੀ ਸਰਕਾਰ ਨੂੰ ਅਸੀਂ ਕਹਿ ਰਹੇ ਹਾਂ ਕਿ ਆਪਣੀ ਸਰਕਾਰ ਜਿਹੜੀ ਗੂੰਗੀ ਹੋਈ ਬੈਠੀ ਹੈ, ਸੈਂਟਰ ਦੇ ਵਿੱਚ ਆਰਾਮ ਨਾਲ ਆਪਣੀ ਮਰਜ਼ੀਆਂ ਦੇ ਫੈਸਲੇ ਕਰੀ ਜਾਂਦੀ ਹੈ। ਜੇ ਸਰਕਾਰ ਬਣਾ ਸਕਦਾ, ਸਰਕਾਰ ਉਤਾਰ ਨਹੀਂ ਸਕਦੀ ਹੈ ਦੇਸ਼ ਦੀ ਜਨਤਾ। ਅੱਜ ਜੋ ਅੰਮ੍ਰਿਤਸਰ ਦੇ ਵਿੱਚ ਨੋਵਲਟੀ ਚੌਂਕ ਦੇ ਵਿੱਚ ਮਹਿਲਾ ਕਾਂਗਰਸ ਵੱਲੋਂ ਇਹ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ, ਇਹ ਸਿਰਫ ਤੇ ਸਿਰਫ ਇਹ ਇੱਕ ਮੈਸੇਜ ਦਿੱਤਾ ਗਿਆ ਉਸ ਗੂੰਗੀ ਬੋਲੀ ਸਰਕਾਰ ਨੂੰ ਵੀ ਜਿਸ ਤਰੀਕੇ ਦੇ ਨਾਲ ਪੂਰੇ ਹਿੰਦੁਸਤਾਨ ਦੇ ਵਿੱਚ BJP ਦੇ ਸ਼ਾਸਿਤ ਜਿੰਨੇ ਪ੍ਰਦੇਸ਼ ਨੇ, ਦਿਨ ਪ੍ਰਤੀ ਦਿਨ ਭਾਵੇਂ ਸਾਡੀਆਂ ਵੂਮੈਨਸ ਦੀ ਗੱਲ ਕੀਤੀ ਜਾਵੇ, ਵਿਦਿਆਰਥੀਆਂ ਦੀ ਗੱਲ ਕੀਤੀ ਜਾਵੇ, ਮਜ਼ਦੂਰਾਂ ਦੀ ਗੱਲ ਕੀਤੀ ਜਾਵੇ, ਕਿਸਾਨਾਂ ਦੀ ਗੱਲ ਕੀਤੀ ਜਾਵੇ, ਉਹਨਾਂ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਇਹ ਕਿਸਾਨ ਅਤੇ ਮਜ਼ਦੂਰ ਸਾਰੇ ਸੜਕਾਂ 'ਤੇ ਉਤਾਰ ਦਿੱਤੇ ਗਏ ਨੇ। ਉਹ ਜੋ ਵੀ ਦਿਮਾਗ ਦੇ ਵਿੱਚ ਜਾਂ ਮਨ ਕੀ ਬਾਤ ਦੇ ਵਿੱਚ ਮੋਦੀ ਸਰਕਾਰ ਕੰਮ ਕਰ ਰਹੀ ਹੈ, ਉਹ ਸਰਾਸਰ ਸਿਰਫ ਅਤੇ ਸਿਰਫ ਉਹਨਾਂ ਲੋਕਾਂ ਨੂੰ ਤੰਗ ਕਰਨ ਦੇ ਲਈ, ਉਹਨਾਂ ਤਬਕੇ ਨੂੰ ਤੰਗ ਕਰਨ ਦੇ ਲਈ ਜੋ ਸਾਡੇ ਦੇਸ਼ ਦੇ ਪਿੱਲਰਸ ਨੇ। ਅੱਜ ਮੋਦੀ ਸਰਕਾਰ ਨੂੰ ਸਾਡਾ ਸੁਨੇਹਾ ਵੀ ਇਸ ਕੰਮ ਨੂੰ ਬੰਦ ਕਰ ਦਿੱਤਾ ਜਾਵੇ, ਨਹੀਂ ਤਾਂ ਜਿਸ ਤਰੀਕੇ ਦੇ ਨਾਲ ਪੂਰੇ ਹਿੰਦੁਸਤਾਨ ਦੇ ਵਿੱਚ ਬਗਾਵਤ ਚੱਲ ਰਹੀ ਹੈ, ਇਹ ਬਗਾਵਤ ਉਸ ਤਰੀਕੇ ਦੇ ਨਾਲ ਚੱਲੇਗੀ ਜਿਸ ਤਰੀਕੇ ਦੇ ਨਾਲ ਕਿਸੇ ਸਮੇਂ ਗੋਰਿਆਂ ਨੂੰ, ਅੰਗਰੇਜ਼ਾਂ ਨੂੰ ਪੱਟ ਕੇ ਇਸ ਬਾਹਰਲੇ ਮੁਲਕਾਂ 'ਚ ਭੇਜਿਆ ਗਿਆ ਸੀਗਾ। ਅੱਜ ਤੁਹਾਨੂੰ ਦੁਬਾਰਾ ਤੋਂ ਇਸ ਤਰੀਕੇ ਦੇ ਨਾਲ ਬਗਾਵਤ ਛੇੜ ਕੇ ਉਸ ਗੁਜਰਾਤ ਦੇ ਉਸ ਪਿੰਡ ਦੇ ਵਿੱਚ ਛੱਡ ਕੇ ਆਵਾਂਗੇ ਜਿੱਥੋਂ ਇਹ ਗੰਦੀ ਰਾਜਨੀਤੀ ਤੁਸੀਂ ਸ਼ੁਰੂ ਕੀਤੀ ਸੀ। ਲੋਕਾਂ ਨੂੰ ਲੜਾਉਣ ਦੀ ਰਾਜਨੀਤੀ, ਧਰਮ ਦੇ ਵਿੱਚ ਲੜਾਉਣ ਦੀ ਰਾਜਨੀਤੀ, ਵਰਗਾਂ ਨੂੰ ਲੜਾਉਣ ਦੀ ਰਾਜਨੀਤੀ, ਇਹ ਨੀਤੀ ਛੇਤੀ ਤੋਂ ਛੇਤੀ ਬੰਦ ਕਰਕੇ ਇਹਨੂੰ ਖਤਮ ਕਰਕੇ ਦੇਸ਼ ਨੂੰ ਸਹੀ ਰਾਹ ਪੈਣ ਦਿਓ। ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਰਹੇ ਹੋ ਬਾਹਰਲੀਆਂ ਸਟੇਟਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਢਿੱਲਾ ਲਿੱਤਾ ਜਾਂਦਾ ਹੈ, ਇਸ ਸਟੇਟ ਦੇ ਵਿੱਚ ਸਾਡੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਸੇ ਸਮੇਂ ਉਸ ਕੇਸ ਦੇ ਉੱਤੇ ਕਾਰਵਾਈ ਕੀਤੀ, ਮੁਲਜ਼ਮਾਂ ਦੇ ਉੱਤੇ FIR ਦਰਜ ਕਰਵਾਈ, ਜੋ ਵੀ ਬਿਆਨ ਸੀਗੇ ਉਸ ਮਹਿਲਾ ਦੇ ਉਸ ਦੇ ਉੱਤੇ ਉਸੇ ਟਾਈਮ ਇਮੀਡੀਏਟ ਕਾਰਵਾਈ ਕਰਕੇ ਉਸ ਨੂੰ ਸਹੀ ਤਰੀਕੇ ਦੇ ਨਾਲ ਲਿਆ ਗਿਆ।